ਭਗਤ ਵਸ਼ਲ ਕਰਨਾ ਵਿਧਾਨ ਅੰਤਰਯਾਮੀ ਪਾਤਸ਼ਾਹ ਦੇ ਪਾਤਸ਼ਾਹ ਦਾ ਤਾਰ ਪਿਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਬੋਲ ਦੇ ਵਿੱਚ ਬੈਠੇ ਸਰਬੱਤ ਹੀ ਮਾਈ ਮਾਏ ਮਨ ਪਿਆਰੇ ਸਾਰੇ ਹੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਵੀ ਫਤਿਹ ਦੇ ਨਾਲ ਆਪਣੀ ਸਾਂਝ ਪਾਓ, ਰਸਨਾ ਪਵਿੱਤਰ ਕਰੋ, ਗੁਰਫਤਿਹ ਕੁਰਬਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਲੜਕਾ ਪਰਿਵਾਰ, ਪਿਤਾ ਸਤਨਾਮ ਸਿੰਘ ਜੀ, ਮਾਤਾ ਜਗਿੰਦਰ ਕੌਰ ਸਿੰਘ ਦੇ ਸਪੁੱਤਰ ਨਵਜਿੰਦਰ ਸਿੰਘ ਮੋਗਾ, ਲੜਕੀ ਪਰਿਵਾਰ, ਪਿਤਾ ਕੇਵਲ ਸਿੰਘ, ਮਾਤਾ ਪਰਮਜੀਤ ਕੌਰ, ਇਹਨਾਂ ਦੇ ਸਪੁੱਤਰੀ ਪ੍ਰੀਤੀ ਸਲਾਰੀਆ, ਸਤਿਗੁਰਾਂ ਦੀ ਪਾਵਨ ਪਵਿੱਤਰ ਜ਼ਿੰਦਗੀ ਦੇ ਵਿੱਚ ਆਨੰਦ ਕਾਰਜਾਂ ਦੀ ਰਸਮ ਹੋਈ ਹੈ। ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਦੋਹਾਂ ਪਰਿਵਾਰਾਂ 'ਤੇ। ਅੱਜ ਖੁਸ਼ੀਆਂ ਦਾ ਸਮਾਂ ਬਖਸ਼ਿਆ, ਜਿਹੜੀ ਖੁਸ਼ੀ ਨੂੰ ਮਾਤਾ ਪਿਤਾ ਬੜੇ ਸਮੇਂ ਤੋਂ ਉਡੀਕ ਰਹੇ ਸਨ, ਅਤੇ ਗੁਰਮੁਖ ਪਿਆਰਿਓ ਅੱਜ ਇਸ ਪਰਿਵਾਰ ਦੀ ਝੋਲੀ ਦੇ ਵਿੱਚ ਸਤਿਗੁਰਾਂ ਨੇ ਖੁਸ਼ੀਆਂ ਪਾਈਆਂ ਅਤੇ ਅੱਜ ਅਸੀਂ ਗੁਰਮਤ ਅਨੁਸਾਰ ਆਨੰਦ ਕਾਰਜ ਸੰਸਕਾਰ ਹੈ ਜੋ ਗੁਰਮਤ ਦੇ ਵਿੱਚ ਉਸ ਮਰਿਆਦਾ ਦੇ ਨਾਲ ਜੁੜੇ, ਕਿਉਂਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਚਾਰ ਸੰਸਕਾਰ ਨੇ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਅੰਮ੍ਰਿਤ ਸੰਸਕਾਰ ਅਤੇ ਅਨੰਦ ਸੰਸਕਾਰ ਅਤੇ ਅੰਤਮ ਸੰਸਕਾਰ। ਇਹ ਚਾਰਾਂ ਦੇ ਵਿੱਚੋਂ ਅਨੰਦ ਸੰਸਕਾਰ, ਜਿਸ ਤਰ੍ਹਾਂ ਮੁਸਲਮਾਨ ਭਰਾਵਾਂ ਦੇ ਵਿੱਚ ਨਿਕਾਹ ਦਾ ਨਾਮ ਦਿੱਤਾ, ਨਿਕਾਹ ਕਿਹਾ ਜਾਂਦਾ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਹੈ, ਅਤੇ ਗੁਰਮੁਖ ਪਿਆਰਿਓ ਹਿੰਦੂਆਂ ਦੇ ਵਿੱਚ ਸ਼ਾਦੀ ਮੈਰਿਜ ਕਿਹਾ ਜਾਂਦਾ ਹੈਗਾ, ਪਰ ਸਾਡੇ ਗੁਰਮਤਿ ਦੇ ਵਿੱਚ ਆਨੰਦ ਸੰਸਕਾਰ ਹੈ। ਅਤੇ ਜਿੱਥੇ ਆਨੰਦ ਹੈ, ਕਿਉਂਕਿ ਆਨੰਦ ਦਾ ਵਿਰੋਧੀ ਸ਼ਬਦ ਕੋਈ ਨਹੀਂ, ਜਿੱਥੇ ਆਨੰਦ ਆ ਉੱਥੇ ਹੋਰ ਕੁਝ ਨਹੀਂ, ਬਸ ਆਨੰਦ ਹੀ ਆਨੰਦ ਹੈ। ਇਸ ਨਾਮ ਨੂੰ ਆਨੰਦ ਸੰਸਕਾਰ ਦਿੱਤਾ ਹੈ, ਕਿਉਂਕਿ ਗੁਰੂ ਕੀ ਬਾਣੀ ਅਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀਆਂ ਚਾਰ ਲਾਵਾਂ ਸਰਵਣ ਕੀਤੀਆਂ ਹਨ। ਅਤੇ ਪਹਿਲੀ ਲਾਭ ਦੇ ਵਿੱਚ ਸਤਿਗੁਰ ਨੇ ਸਾਨੂੰ ਸਮਝਾਇਆ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਮਿਲਣਾ। ਮਨੁੱਖ ਆਪਣੇ ਜੀਵਨ ਦੇ ਵਿੱਚ ਇੱਕ ਕਰਮ ਕਰਦਾ ਆਪਣੇ ਜੀਵਨ ਦੇ ਨਿਰਵਾਹ ਦੇ ਵਾਸਤੇ, ਕੋਈ ਦੁਕਾਨਦਾਰੀ ਕਰਦਾ ਹੈ, ਕੋਈ ਨੌਕਰੀ ਦਾ ਪੇਸ਼ਾ ਕਰਦਾ ਹੈਗਾ, ਕਿਸੇ ਦਾ ਆਪਣਾ ਕਾਰੋਬਾਰ ਆ, ਉਹ ਕਰਮ ਜੀਵਨ ਦੇ ਨਿਰਵਾਹ ਦੇ ਵਾਸਤੇ। ਇੱਕ ਕਰਮ ਹੁੰਦਾ ਹੈਗਾ ਮਨੁੱਖ ਕੈਸਾ ਕਰਮ ਕਰ ਰਿਹਾ ਹੈਗਾ, ਵੀ ਮਨੁੱਖ ਦੇ ਕਰਮ ਚੰਗੇ ਨੇ ਜਾਂ ਮਨੁੱਖ ਦੇ ਕਰਮ ਮਾੜੇ ਨੇ, ਮਨੁੱਖ ਕੈਸੇ ਕਰਮਾਂ ਦਾ ਜੀਵਨ ਬਤੀਤ ਕਰ ਰਿਹਾ, ਕਿਉਂਕਿ ਹਰ ਇੱਕ ਆਪਣੇ ਕਰਮਾਂ ਨੂੰ ਜਾਣਦਾ ਹੈਗਾ, ਅਤੇ ਜਾਂ ਗੁਰੂ ਸਾਡੇ ਕਰਮਾਂ ਨੂੰ ਜਾਣਦਾ ਵੀ ਅਸੀਂ ਕੈਸੇ ਕਰਮ ਜੀਵਨ ਦੇ ਵਿੱਚ ਕਰ ਰਹੇ ਹਾਂ। ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਮਝਾ ਰਹੇ ਨੇ, ਹਰ ਪਹਿਲੀ ਲਾਭ ਪ੍ਰਵਿਰਤੀ ਕਰਮ ਦਰਾਇਆ ਬਲਰਾਮ ਜੀ, ਉਹ ਕਰਮ ਦਰਾਉਣ ਦੀ ਗੱਲ ਕਰਦੇ ਨੇ। ਸਤਿਗੁਰੂ ਆਪਣੇ ਮਨੁੱਖ ਨੇ ਕਰਮਾਂ 'ਤੇ ਝਾਤ ਮਾਰ ਕਿਵੇਂ ਕਰਮ ਕੈਸੇ ਕਰ ਰਹੇ ਹਾਂ, ਅਤੇ ਗੁਰੂ ਕੇ ਚਰਨਾਂ ਦੇ ਨਾਲ ਜੁੜ ਕੇ, ਗੁਰਬਾਣੀ ਦੇ ਨਾਲ ਜੁੜ ਕੇ ਮਨੁੱਖ ਨੇ ਆਪਣੇ ਕਰਮ ਜਾਂ ਗੁਰੂ ਦੀ ਮਨ ਚਾਉ ਭਇਆ ਵੈਰਾਗੀ ਆ ਬਲਰਾਮ ਜੀ। ਜਦੋਂ ਗੁਰੂ ਨੂੰ ਜਪਣ ਵਾਲੇ ਆਪਣੇ ਗੁਰੂ ਦੇ ਨਾਲ ਜੁੜਦੇ ਨੇ, ਉਹਨਾਂ ਦੇ ਅੰਦਰ ਮਨ ਦੇ ਵਿੱਚ ਚਾਉ ਪੈਦਾ ਹੁੰਦਾ ਹੈ, ਤੇ ਚਾਉ ਪੈਦਾ ਵੈਰਾਗ ਵੀ ਹੁੰਦਾ ਹੈ। ਤੇ ਗੁਰਬਾਣੀ ਪੜ੍ਹਨ ਵਾਲੇ ਸੱਜਣ ਉਸ ਵੈਰਾਗ ਦੇ ਵਿੱਚ ਅੱਥਰੂ ਵੀ ਵਹਾਉਂਦੇ ਨੇ। ਜਿਸ ਤਰ੍ਹਾਂ ਅੱਜ ਆਨੰਦ ਕਾਰਜਾਂ ਦੀ ਰਸਮ ਹੋਈ ਹੈ,
ਕਈ ਵਾਰ ਦੇਖਦੇ ਹਾਂ ਵੀ ਮਾਵਾਂ ਜਿਹੜੀ ਬੱਚੀ ਆਪਣੇ ਘਰੋਂ ਤੋਰਦੀਆਂ ਨਾ, ਤੇ ਮਾਵਾਂ ਨੂੰ ਭਾਵੇਂ ਅੰਦਰ ਇੱਕ ਚੌ ਵੀ ਹੁੰਦਾ ਹੈਗਾ ਵੀ ਸਾਡੀ ਬੱਚੀ ਆਪਣੇ ਸਹੁਰੇ ਘਰ ਜਾ ਰਹੀ ਹੈ, ਆਪਣੇ ਘਰ ਦੇ ਵਿੱਚ ਜਾ ਰਹੀ ਹੈ, ਤੇ ਇੱਕ ਤਾਂ ਚੌ ਹੈਗਾ, ਇੱਕ ਵੈਰਾਗ ਆ ਜਿਸ ਦੀ ਸਤਿਗੁਰੂ ਨੇ ਪਾਵਨ ਬਚਨਾਂ ਦੇ ਵਿੱਚ ਗੱਲ ਕੀਤੀ ਆ, ਮਨ ਚਾਉ ਪਿਆ ਵੈਰਾਗੀ ਆ, ਅੰਦਰ ਵੈਰਾਗ ਵੀ ਆਉਂਦਾ ਹੈ। ਉਹ ਵੈਰਾਗ ਭਾਵੇਂ ਖੁਸ਼ੀ ਦਾ ਆਉਂਦਾ ਹੈ ਪਰ ਇੱਕ ਅੰਦਰ ਵਿਛੋੜੇ ਦੀ ਗੱਲ ਹੁੰਦੀ ਹੈ ਵੀ ਬੱਚੀ ਜਿਹੜੀ ਆਪਣੇ ਤਰੀਕੇ ਘਰ ਦੇ ਵਿੱਚ ਇੰਨਾ ਟਾਈਮ ਰਹਿ ਕੇ ਜਾਂਦੀ ਹੈਗੀ ਤੇ ਪਾਲਦੇ ਪੋਸਦੇ ਨੇ, ਪੜ੍ਹਾਉਂਦੇ ਨੇ, ਵੱਡਿਆ ਕਰਦੇ ਨੇ, ਉਹ ਆਪਣੇ ਸਹੁਰੇ ਘਰ ਦੇ ਵਿੱਚ ਆਪਣੇ ਪੇਕੇ ਘਰ ਨੂੰ ਛੱਡ ਕੇ ਸਦਾ ਲਈ ਜਾਂਦੀ ਹੈ, ਤੇ ਜਿਹੜੀਆਂ ਆਪਣੀਆਂ ਭੈਣਾਂ ਦੇ ਨਾਲ ਭਰਾਵਾਂ ਨਾਲ ਰਹੀ ਰਹੀ ਹੁੰਦੀ ਹੈਗੀ ਤੇ ਮੁੜ ਕੇ ਕਦੇ ਮਿਲਾਪ ਨਹੀਂ ਹੁੰਦਾ ਤੇ ਜਾਂ ਫੋਨ ਕੀਤੇ ਸਮੇਂ ਬਾਅਦ ਗੱਲ ਹੁੰਦੀ ਹੈ। ਤੇ ਗੁਰਮੁਖ ਪਿਆਰਿਓ ਸਤਿਗੁਰੂ ਤੇ ਗੁਰੂ ਰਾਮਦਾਸ ਮਹਾਰਾਜ ਸਮਝਾਉਂਦੇ ਨੇ ਕਿ ਜਿਹੜਾ ਗੁਰਬਾਣੀ ਦੇ ਨਾਲ ਜੁੜਦਾ ਉਹਦੇ ਅੰਦਰ ਚੌ ਪੈਦਾ ਹੁੰਦਾ, ਵੈਰਾਗ ਪੈਦਾ।